ਕੈਨੇਡਾ ਯੋ ਜਦੇ ਆਪਾਂ ਵੀ ਇਕੱਲਾ ਤੂੰ ਹੀ ਦਵਾਲਾ ਨੌਕਰੀ ਹੈ ਕਦੇ ਆਪਾਂ ਵੀ ਲੰਡਨ ਵਾਲੇ ਦਿਖਦਾਰ ਕੁਝ ਬੰਦੇ ਪੈਦਾ ਹੁੰਦੇ ਨੇਗੇ ਐਸ਼ ਕਰਨ ਨੂੰ ਤੇ ਕੁਝ ਬੰਦੇ ਪੈਦਾ ਹੁੰਦੇ ਨੇ ਉਹਨਾਂ ਦੀ ਸੇਵਾ ਕਰਨ ਨੂੰ ਆਹੋ ਆਪੋ ਆਪਣੀ ਡਿਊਟੀ ਕਰੋ ਕਦੇ ਆਪਾਂ ਵੀ ਕੈਨੇਡਾ ਵਾਲੇ ਹੋ ਜਾਗੇ ਫਿਰ ਹਾਲੀ ਯਾਰ ਇੰਡੀਅਨ ਨੇ ਕਦੇ ਆਪਾਂ ਵੀ ਕੈਨੇਡਾ ਵਾਲੇ ਹੋ ਜਾਗੇ ਫਿਰ ਹਾਲੀ ਯਾਰ ਇੰਡੀਅਨ ਨੇ ਤੁਸੀਂ ਟੈਕਸੀ ਡਰਾਈਵਰ ਅਸੀਂ ਟੈਕਸੀ ਤੇ ਜਾਣਾ ਤੁਸੀਂ ਪੰਜਾਬ ਜਾਣਾ ਅਸੀਂ ਪੰਜਾਬ ਜਾਣਾ ਪਟਿਆਲੇ ਅਸੀਂ ਜਾਣਾ ਆ ਸਾਡਾ ਲਗੇਜ ਚ ਲੈਣਾ ਮੰਨ ਲੈਂਦੇ ਤੁਸੀਂ 12 ਰੁਪਏ ਪਰ ਕਿਲੋਮੀਟਰ ਮੈਂ ਤੁਹਾਨੂੰ ਟਿਪ ਵੀ ਦਵਾਂਗੀ ਯੈਸ ਬੁਆ ਜੀ ਤੁਸੀਂ ਬਹੁਤ ਕਵੀ ਹੋ ਮੈਂ ਕਬੀ ਆ ਲਖੀ ਰਹੀ ਕੁੜੀ ਕੋਈ ਲੱਭਦੇ ਜਾ ਬਾਈ ਪੁੱਛਣੇ ਨਾ ਬਾਈਂਦੇ ਕਬਮ ਜੇ ਆਸ਼ਕੀ ਦੇ ਡਾਇਲੌਗ ਲਿਖਾ ਰਿਹਾ ਉਹ ਵੀ ਮੈਥੋਂ ਬ੍ਰਹਮਚਾਰੀ ਤੋਂ ਬਾਈ ਤਾਂ ਹੀ ਤਾਂ ਤੈਥੋਂ ਲਿਖਣਾ ਤੇਰੇ ਚ ਅੱਗ ਬਹੁਤ ਹੈ ਆਈ ਲਵ ਯੂ ਹਾਲ ਯਾਰ ਤਾਂ ਸਿੰਗਲ ਨਹੀਂ ਓ ਮਾਈ ਗੋਡ ਵਾ ਤੇ ਲੱਕਰ ਖਾ ਰਹੀ ਨੀ ਚੱਲੀਏ ਦਾਤਣ ਹੈ ਨਿੰਮ ਔਰ ਕਿਕੜ ਜਸਟ ਪਲੱਕ ਮੂੰਹ ਵਿੱਚ ਟੱਕ 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 ਪਿਆਪ ਮੂੰਹ ਸਾਫ ਇੰਡੀਅਨ ਡਰੈਸ ਬ੍ਰਸ਼ ਮਾਤਾ ਕਹਿੰਦੀ ਪੁੱਤ ਮੇਰਾ ਹੋ ਜਾਊਗਾ ਕਮਾਲ ਮੈਨੂੰ ਲੱਗਦਾ ਗਾਉਣ ਦਾ ਪੁੱਤ ਜੇ ਤੇਰੇ ਦਿਮਾਗ ਤੋਂ ਉਤਰਿਆ ਨਹੀਂ ਨਹੀਂ ਉਤਰ ਗਿਆ ਜਿਹੜੀ ਹੁੰਦਾ ਕਾਫੀ ਮਾਰ ਕੇ ਜਾਣਾ ਇਹ ਵੱਡੀਆਂ ਠਿਕ ਠਿਕ ਤਾਂ ਸਾਲੀਆਂ ਘਰ ਵਾਲੀਆਂ ਨੂੰ ਰੋਟੀ ਖਵਾਉਣ ਦੀ ਬੜੀ ਵਧੀਆ ਆਦਤ ਹੁੰਦੀ ਹੈ ਵੀ ਲੋਕ ਕਹਿਣਗੇ ਰੋਟੀ ਬੜੀ ਸਵਾਦ ਸੀ ਆ ਬੇਟਾ ਕੋਈ ਦੰਦੁੰਦ ਤਾਂ ਨਹੀਂ ਟੁੱਟਿਆ ਅੱਖਾਂ ਅੱਖਾਂ ਵਿੱਚ ਲੈ ਗਈ ਦਿਲ ਲੁੱਟ ਕੇ ਸਾਡੇ ਕੋਲੋਂ ਜਦੋਂ ਥੋੜਾ ਰੁਕ ਰੁਕ ਕੇ ਦਿਲ ਕਰੇ ਉਹਨੂੰ ਸੀਨੇ ਨਾਲ ਲਾਲਾ ਘੁੱਟ ਕੇ ਤਰਸੇਂ ਸਾਂ ਜੇ ਬੰਦੇ ਛੇਤੀ ਛੇਤੀ ਨਹੀਂ ਮਰਦੇ ਉਹ ਅੱਛਾ ਜੀ ਇਹਨਾਂ ਨੂੰ ਟਾਈਮ ਲੱਗਦਾ ਹੁੰਦਾ ਉਹ ਮਹਾਰਾਜਾ ਪਟਿਆਲਾ ਇਸ ਸਪਨੇ ਦੀ ਦੁਨੀਆ ਚੋਂ ਬਾਹਰ ਆਓ ਤੇ ਧਰਤੀ ਨੂੰ ਪੈਰ ਲਾਓ ਆ ਲਾ ਦੇ ਕੋਈ ਵੱਖਰੀ ਜਿਹੀ ਥਾਂ ਹੋਵੇ ਇੱਕ ਤੂੰ ਹੋਵੇ ਇੱਕ ਮੈਂ ਹੋਵਾਂ ਕੋਈ ਦੇਖਣ ਵਾਲਾ ਨਾ ਹੋਵੇ ਅੱਜ ਤੇਰੀ ਯਾਦ ਆਈ ਪਲ ਪਲ ਬਾਦ ਆਈ ਭੁੱਲੇ ਨਾ ਭੁਲਾਇਆ ਬੜੀ ਵਾਰ ਪਰਦੇਸੀਆ ਜੁਗ ਜੁਗ ਜੀਓ ਮੇਰੇ ਯਾਰ ਪਰਦੇਸੀਆ